ਤਾਨੂੰ ਲੱਗਦਾ ਧਰਨਾ ਲੱਗਣਾ ਚਾਹੀਦਾ ਸੀ ਉੱਥੇ ਕਿਲੇ ਮੂਰੇ ਨਹੀਂ ਜੇ ਇੱਕ ਮਿੰਟ ਉਹ ਕਿਲੇ ਵਾਲਿਆਂ ਘਟਨਾਵਾਂ ਨਾ ਹੁੰਦੀਆਂ ਸ਼ਾਂਤਵੇਂ ਪ੍ਰੇਡ ਹੁੰਦੀ ਤੇ ਉੱਥੇ ਧਰਨਾ ਲੱਗ ਜਾਂਦਾ ਤਾਂ ਮੇਰੇ ਦੇ ਹਿਸਾਬ ਨਾਲ ਵੀ ਇੱਕ ਤਰ੍ਹਾਂ ਪਾਸੇ ਫਾਰਵਰਡ ਹੋ ਜਾਂ ਨਹੀਂ ਸਾਡਾ ਪ੍ਰੈਸ਼ਰ ਬਦਲਾ ਸੀਗਾ ਯਾਨੀ ਜਿਵੇਂ ਲਾਲ ਕਿਲੇ ਤੇ ਜਿਹੜੇ ਗਏ ਹੋਏ ਸੀ ਤੁਹਾਨੂੰ ਲੱਗਦਾ ਉੱਥੇ ਬੈਠ ਜਾਣਾ ਚਾਹੀਦਾ ਸੀ ਉਹਨਾਂ ਨੂੰ ਹਾਂ ਜੇ ਉਹ ਕਿਲੇ ਦੇ ਅੰਦਰ ਜਾਣ ਦੇ ਬਜਾਏ ਵੀ ਜੇ ਉੱਥੇ ਸ਼ਾਂਤਵੇਂ ਬੈਠ ਜਾਂਦੇ ਜਿਹੜਾ ਹੁਣ ਅਸੀਂ ਬਾਰ-ਬਾਰ ਵੀ ਪਾਰਲੀਮੈਂਟਾਂ ਕੋਚਵਲ ਕਰਨ ਦਾ ਜਾਂ ਪਾਰਲੀਮੈਂਟ ਮੂਰੇ ਧਰਨਾ ਕਰਦੇ ਆ ਸਾਡਾ ਕਹਿਣ ਦਾ ਭਾਵ ਜੇ ਉੱਥੇ ਜੰਮ ਜਾਂਦਾ ਸ਼ ਤੇ ਸਾਡਾ ਹੁਣ ਵੀ ਹੈਗਾ ਵੀ ਇਹਦਾ ਮੁਰਦੀ ਤੇ ਪ੍ਰੈਸ਼ਰ ਪੈਣਾ ਸੀਗਾ ਤੇ ਹੋ ਸਕਦਾ ਹੁਣ ਉਹ ਇਹਦਾ ਡੇੜਾ ਹੋ ਜਾਂਦਾ ਉਹਨਾਂ ਨੇ ਸਾਡਾ ਕਿਹਾ 26 ਜਨਵਰੀ ਨੂੰ ਵੀ ਹਜਰਤਨਾ ਫੈਸਲਾ ਨਹੀਂ ਲੈ ਸਕੇ ਵੀ ਇਹ ਜਿਹੜਾ ਵਿਕ ਜੋ ਕ੍ਰਾਂਤੀਕਾਰੀ ਵੀ ਜਿਹੜਤਨਾ ਫੈਸਲਾ ਲੈਂਦੇ ਵੀ ਅਸੀਂ ਅਗਵਾਈ ਕਰਦੇ ਆ ਤੇ ਉੱਥੇ ਉੱਥੇ ਧਰਨਾ ਲੱਗ ਸਕਦਾ ਸੀਗਾ ਕਿਲੇ ਮੂਰੇ ਤੁਹਾਨੂੰ ਲੱਗਦਾ ਧਰਨਾ ਲੱਗਣਾ ਚਾਹੀਦਾ ਸੀ ਉੱਥੇ ਕਿਲੇ ਮੂਰੇ ਨਹੀਂ ਜੇ ਇੱਕ ਮਿੰਟ ਉਹ ਕਿਲੇ ਵਾਲੀਆਂ ਘਟਨਾਵਾਂ ਨਾ ਹੁੰਦੀਆਂ ਸ਼ਾਂਤਮਈ ਪ੍ਰੇਡ ਹੁੰਦੀ ਤੇ ਉੱਥੇ ਧਰਨਾ ਲੱਗ ਜਾਂਦਾ ਸਾ ਮੇਰੇ ਦੇ ਹਿਸਾਬ ਨਾਲ ਵੀ ਕਸਟਲ ਪਾਸੇ ਫਾਰਵਰਡ ਹੋ ਜਾਂ ਨਹੀਂ ਸਾਡਾ ਪ੍ਰੈਸ਼ਰ ਵਧਣਾ ਸੀਗਾ ਸਾਰੇ ਸਭ ਹੱਲ ਹੋ ਜਾਂਦਾ ਉਹ ਦਿਨ ਮਨ ਉਹਦਾ ਇੱਕ ਵਾਰੀ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਜਿਹੜਾ ਜਿਹੜਾ ਹੁਣ ਪ੍ਰੈਸ਼ਰ ਹੈ ਮੋਦੀ ਦਾ ਜਾਨੀ ਜਿਵੇਂ ਲਾਲ ਕਿਲੇ ਤੇ ਜਿਹੜੇ ਗਏ ਹੋਏ ਸੀ ਤੁਹਾਨੂੰ ਲੱਗਦਾ ਉੱਥੇ ਬੈਠ ਜਾਣਾ ਚਾਹੀਦਾ ਸੀ ਉਹਨਾਂ ਨੂੰ ਹਾਂ ਜੇ ਉਹ ਕਿਲੇ ਦੇ ਅੰਦਰ ਜਾਣ ਦੇ ਬਜਾਏ ਵੀ ਜੇ ਉੱਥੇ ਸ਼ਾਂਤਵੇਂ ਬੈਠ ਜਾਂਦੇ ਸਾਰਾ ਸਾਡਾ ਜਿਹੜਾ ਜੰਨਾ ਲੱਖਾਂ ਟਰੈਕਟਰ ਸੀਗਾ ਅੰਦਰ ਇੰਟਰ ਸਾਨੂੰ ਮੌਕਾ ਮਿਲ ਗਿਆ ਸੀ ਨਾਕੇ ਤੋੜ ਕੇ ਟੁੱਟ ਕੇ ਸੀਗੇ ਤਾਂ ਸਾਰੇ ਉੱਥੇ ਜੰਮ ਜਾਂਦੇ ਅੰਦਰ ਤਾਂ ਜਿਹੜਾ ਹੁਣ ਅਸੀਂ ਵਾਰ-ਵਾਰ ਵੀ ਪਾਰਲੀਮ ਸਾਡਾ ਕਹਿੰਦਾ ਭਾਵ ਜੇ ਉੱਥੇ ਜੰਮ ਜਾਂਦਾ ਸ਼ਾਂਤਮਈ ਧਾਰਨਾ ਲੱਗ ਜਾਂਦਾ ਤੇ ਸਾਡਾ ਹੁਣ ਵੀ ਹੈਗਾ ਵੀ ਇਹਦਾ ਮੁਰਦੀ ਤੇ ਪ੍ਰੈਸ਼ਰ ਪੈਣਾ ਸੀਗਾ ਤੇ ਹੋ ਸਕਦਾ ਹੁਣ ਉਹ ਇਹਦਾ ਡੇੜਾ ਹੋ ਜਾਂਦਾ ਕੋਈ ਤਾਂ ਹੁਣ ਤੁਹਾਨੂੰ ਕੀ ਲੱਗਦਾ ਕੋਈ ਇਸ ਤਰ੍ਹਾਂ ਦਾ ਐਕਸ਼ਨ ਤੁਸੀਂ ਵਾਰ-ਵਾਰ ਕਹਿੰਨੇ ਹੋ ਕਿ ਵੱਡਾ ਐਕਸ਼ਨ ਵਾਰ-ਵਾਰ ਕਿਹਾ ਜਾਂਦਾ ਦਿੱਤਾ ਜਾਵੇ ਤੁਹਾਨੂੰ ਕੀ ਲੱਗਦਾ ਕਿਹੜਾ ਐਕਸ਼ਨ ਹੋਣਾ ਚਾਹੀਦਾ ਉਹ ਪਾਰਲੀਮੈਂਟ ਕੁਝ ਹੋਣਾ ਚਾਹੀਦਾ ਕਰੋਨਾ ਤੋਂ ਬਾਅਦ ਹੋਣਾ ਚਾਹੀਦਾ ਜਾਂ ਹਮਨੇ ਹੋਣਾ ਚਾਹੀਦਾ ਠੀਕ ਹੈ ਜੀ ਪਾਰਲੀਮੈਂਟ ਖੂਚਦਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਜਿਹੜੀ 30 ਮਾਰਚ ਦੀ ਮੀਟਿੰਗ ਹੋਈ ਸੀ ਉਦੋਂ ਬਾਅਦ 31 ਮਾਰਚ ਨੂੰ ਪ੍ਰੈਸ ਸਟੇਟ ਉਹਦੀ ਇੱਕ ਕਾਨਫਰੰਸ ਕਰਕੇ ਉਹਦੇ ਵਿੱਚ ਐਲਾਨ ਹੋ ਗਿਆ ਸੀਗਾ ਵੀ ਆਪਣਾ ਪਾਰਲੀਮੈਂਟ ਦਾ ਮਈ ਦੇ ਪਹਿਲੇ 15 ਵਾੜੇ ਦੇ ਵਿੱਚ ਪਾਰਲੀਮੈਂਟ ਅੱਗੇ ਬੈਠਿਆ ਜਾਊਗਾ ਪਾਰਲੀਮੈਂਟ ਅੱਗੇ ਰਕੂਚ ਕੀਤਾ ਜਾਊਗਾ ਇਹ ਵਕਾਇਦਾ ਹੋ ਗਿਆ ਸੀਗਾ ਉਦੋਂ ਬਾਅਦ ਚਲੋ ਉਹਦੇ ਵਿੱਚ ਤਬਦੀਲੀ ਹੋ ਗਈ ਚਲ ਅਸੀਂ ਜ਼ੋਰ ਦੇ ਕੇ ਅਸੀਂ ਸਹਿਮਤ ਸੀਗੇ ਵੀ ਹੋਣਾ ਚਾਹੀਦਾ ਮਗਰੋਂ ਚੱਲ ਉਹਦੇ ਨਾਲ ਬਹੁ ਗਿਣਤੀ ਨੇ ਚੱਲ ਅੰਦਰ ਹੋਇਆ ਠੀਕ ਹੈ ਉਹਦੇ ਚ ਚਲਦੀ ਹੈ ਜਿੱਥੇ ਕੋਈ ਦੋਰ ਐ ਹੋ ਜਾਣ ਉਹ ਉੱਥੇ ਬਹੁ ਗਿਣਤੀ ਦੀ ਮੰਨਣੀ ਪੈਂਦੀ ਹੈ ਉਹ ਤਬਦੀਲ ਹੋ ਗਿਆ ਵੀ ਹੁਣ ਅਜੇ ਪਾਰਲੀਮੈਂਟ ਕੋਚ ਹੈ ਜਿਹੜਾ ਐਲਾਨ ਸੀਗਾ ਉਹ ਇੱਕ ਵਾਰੀ ਮੁਲਤਵੀ ਕਰਤਾ ਹੋਵੇ ਜੇ ਨਹੀਂ ਕਰਨਾ ਤੁਹਾਨੂੰ ਕੀ ਲੱਗਦਾ ਪਾਰਲੀਮੈਂਟ ਦਾ ਐਕਸ਼ਨ ਹੀ ਹੋਣਾ ਚਾਹੀਦਾ ਜਾਂ ਕੋਈ ਹੋਰ ਐਕਸ਼ਨ ਹੋਣਾ ਚਾਹੀਦਾ ਵੇਖੋ ਸਾਡੇ ਇਹ ਹੈਗੇ ਆ ਵੀ ਭਾਵੇਂ ਪਾਰਲੀਮੈਂਟ ਵਾਲਾ ਹੋਵੇ ਭਾਵੇਂ ਕੋਈ ਕੇਐਮਪੀ ਨੂੰ ਲੰਮੇ ਸਮੇਂ ਲਈ ਉਹਨੂੰ ਜਾਮ ਕਰਨ ਵਾਲਾ ਹੋਵੇ ਵੀ ਜਨਨਾਚਰ ਸਰਕਾਰ ਤੇ ਕੋਈ ਪ੍ਰੈਸ਼ਰ ਸਾਡਾ ਜਿਹੜਾ ਸਟੈਪ ਆ ਜਿਹੜਾ ਸਾਡਾ ਸੰਘਰਸ਼ ਦਾ ਉਹ ਫਾਰਵਰਡ ਹੋਣਾ ਚਾਹੀਦਾ ਸੰਘਰਸ਼ ਦਾ ਘੋਲ ਦਾ ਜਿਹੜਾ ਅੱਗੇ ਵਧਣਾ ਚਾਹੀਦਾ ਉਹ ਅੱਗੇ ਵਧੂਗਾ ਜੇ ਉਹ ਤੇ ਪ੍ਰੈਸ਼ਰ ਪਾਊਗਾ ਫਿਰ ਹੀ ਸਰਕਾਰ ਸਾਡੀ ਗੱਲ ਸੁਣੂਗੀ ਪ੍ਰੈਸ਼ਰ ਭਾਵੇਂ ਉਹ ਪਾਰਲੀਮੈਂਟ ਅੱਗੇ ਕੁਚ ਕਰਨ ਨਾਲ ਵੀ ਪ੍ਰੈਸ਼ਰ ਬਣਦਾ ਪੈਦਲ ਜਿਹੜਾ ਕੁਚਦਾ ਸੀਗਾ ਕੇਐਮਪੀ ਰਾਹੀਂ ਵੀ ਬਣਦਾ ਜਾਂ ਜਿਹੜੇ ਆਹ ਜਿਹੜੇ 8 ਮਾਰਗੀ ਸੜਕ ਹੈਗੀ ਆ ਜਿਹੜੀ ਜੈਪੁਰ ਵਾਲੀ ਗੁਰगांव ਵਾਲੀ ਇਹ ਉਹਨਾਂ ਦਾ ਸਾਰਾ ਅਗ ਕਹਿੰਦੇ ਆ ਉਹਨੂੰ ਦਿੱਲੀ ਦੀਆਂ ਸਾਰੀਆਂ ਜਿਹੜੀਆਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਹੈਗੀਆਂ ਜੇ ਇਹ ਰੁਕਦੀ ਹੈ ਇਹਦੇ ਨਾਲ ਵੀ ਪ੍ਰੈਸ਼ਰ ਪੈਂਦਾ ਸੋ ਐ ਸਾਡਾ ਹੈਗਾ ਵੀ ਹੁਣੇ ਹੁਣੇ ਕੋਰੋਨਾ ਦੇ ਜਿਵੇਂ ਮੈਂ ਗੱਲ ਕੀਤੀ ਚਡੂਨੀ ਹੋ ਰਾ ਨਾ ਉਹ ਕਹਿੰਦੇ ਸੀ ਕੋਰੋਨਾ ਤੋਂ ਬਾਅਦ ਤੁਹਾਨੂੰ ਵੀ ਲੱਗਦਾ ਕੋਰੋਨਾ ਤੋਂ ਬਾਅਦ ਪਾਰਲੀਮੈਂਟ ਉਹ ਕਹਿੰਦੇ ਹੋਣਾ ਚਾਹੀਦਾ ਘਰਾਓ ਪਰ ਕੋਰੋਨਾ ਤੋਂ ਬਾਅਦ ਨਾ ਇਹ ਕੋਰੋਨਾ ਕਰਕੇ ਇੱਕ ਵਾਰੀ ਇਹ ਅਸੀਂ ਐਨ ਵੀ ਅਸੀਂ ਆਪਣਾ ਸੰਯੁਕਤ ਕਿਸਾਨ ਮੋਰਚਾ ਵੀ ਸਾਰ ਗਿਆ ਜਥੇਬੰਦੀਆਂ ਸਮਝਦੀਆਂ ਵੀ ਇਹ ਬਿਮਾਰੀ ਹੈ ਇਦੇ ਖਾਤਰ ਇਹਦੇ ਤੇ ਸਾਵਧਾਨੀਆਂ ਦੇ ਵੀ ਲੋੜ ਹੈ ਚਲੋ ਉਹ ਜਿਹੜੀਆਂ ਅਸੀਂ ਸਾਰੀਆਂ ਸਾਵਧਾਨੀਆਂ ਵਰਤ ਵੀ ਰਹੇ ਆ ਵੀ ਇਸ ਕਰਕੇ ਥੋੜਾ ਜਿਹਾ ਇਹਦੇ ਨਾਲ ਜਿੱਨਾ ਸਰਕਾਰ ਨੇ ਥੋੜਾ ਜਿਹਾ ਇਹਨੂੰ ਵਧਾਅ ਚੜਾ ਕੇ ਜਨਾ ਹਵਾ ਮਤਲਬ ਸਰਕਾਰ ਨੇ ਇਹਦੇ ਕੋਈ ਲਾਜ ਦੀ ਖਾਤਰ ਕੁਝ ਨਹੀਂ ਕੀਤਾ ਕੋਈ ਆਕਸੀਜਨ ਦਾ ਪ੍ਰਬੰਧ ਨਹੀਂ ਕੀਤਾ ਕੋਈ ਹਸਪਤਾਲਾਂ ਦਾ ਪ੍ਰਬੰਧ ਨਹੀਂ ਕੀਤਾ ਕੋਈ ਹੋਰਾਂ ਦਾ ਕੋਈ ਸਟਾਫ ਨਹੀਂ ਉਹ ਜਿਆ ਲਾਇਆ ਕੱਲਾ ਲਾਕਡਾਊਨ ਕਰਤਾ ਕਰਫੂ ਲਾਤ ਤਾਂ ਇਹਨਾਂ ਦਾ ਕੀਤਾ ਇਸ ਕਰਕੇ ਥੋੜਾ ਜਿਹਾ ਕੁਝ ਉਹਨਾਂ ਨੇ ਹਵਾ ਜ਼ਿਆਦਾ ਕ੍ਰੀਏਟ ਕਰਤਾ ਬਈ ਬਸ ਇਹ ਤਾਂ ਜਿਹੜਾ ਵੀ ਅ ਮਸਲ ਹੁਣ ਸਾਰੇ ਆ ਮਹਾਮਾਰੀ ਫੈਲ ਜੂਗੀ ਮਰ ਜਾਣਗੇ ਜਿਹਦੇ ਕਰਕੇ ਲੋਕਾਂ ਦਾ ਥੋੜਾ ਜਆ ਜਿਹੜੇ ਪਿੰਡਾਂ ਵਾਲੇ ਲੋਕ ਉਧਰ ਨੂੰ ਜਾ ਰਹੇ ਸੀਗੇ ਉਹਦੇ ਤੇ ਵੀ ਪਿਆ ਹੁਣ ਇਹਦੇ ਨਾਲ ਥੋੜਾ ਜੇ ਹੋ ਗਿਆ ਆਪਣਾ ਜਦਵਿੰਦਰ ਜੀ ਬਈ ਜਿਵੇਂ ਆਏ ਹੁੰਦਾ ਨਾ ਵੀ ਇਹ ਦੌੜ ਹੁੰਦੀ ਏ ਇੱਕ ਤਾਂ ਥੋੜੀ 100 ਮੀਟਰ ਵਾਲੀ ਜਾਂ 1500 ਮੀਟਰ ਵਾਲੀ ਦੌੜ ਹੁੰਦੀ ਏ ਇੱਕ ਮਰਾਥਨ ਦੌੜ ਹੁੰਦੀ ਏ ਇਹ ਥੋੜੀ ਜਿਹੀ ਲੰਬੀ ਦੌੜ ਬਣ ਗਈ ਇਹ ਐਨੇ ਵੀ ਬੰਦ ਹੋਣਾ ਇਕੱਠ ਵੀ ਵਧੂਗਾ ਆ ਜਿਹੜੇ ਹੁਣ ਫੈਸਲਾ ਕੀਤਾ ਸਾਰੇ ਜਥੇਬੰਦੀਆਂ ਵੱਲੋਂ ਜਥੇ ਲਿਜਾਣ ਦਾ ਇਹਦੇ ਨਾਲ ਇਕੱਠ ਦੀ ਗਿਣਤੀ ਵੀ ਵਧੂਗੀ ਪਰੇ ਜਿਹੜਾ ਹੈਗਾ ਵੀ ਥੋੜਾ ਜਿਹਾ ਇਹ ਲੰਮਾ ਖਿੱਚਣਾ ਪਊਗਾ ਹੁਣ ਲੰਮੀ ਦੌੜ ਬਣ ਗਈ ਹੁਣ ਇਹ 100 ਮੀਟਰ ਦੀ ਨਹੀਂ ਸੀ ਵੀ ਇਹਨਾਂ ਨੇ ਵੇੜ ਲਗੇ ਇੱਕੋ ਵਾਰੀ ਜਿਓਰ ਲਾ ਕੇ ਇਹਨੂੰ ਦਮ ਰੱਖ ਕੇ ਵੀ ਸਾਡਾ ਦਮ ਨਾ ਟੁੱਟੇ ਤੇ ਦੌੜ ਚੱਲਦੀ ਰਹੇ ਇਹ ਉਸ ਹਾਵ ਨਾਲ ਸਾਨੂੰ ਦੌੜਨਾ ਪਊਗਾ ਤੇ ਉਸ ਹਾਵ ਨਾਲ ਸਿਰਾਨੀ ਤੇ ਲੈ ਕੇ ਇੱਕ ਵਾਰੀ ਦਾ ਕੱਠ ਵਧਾਉਣਾ ਦਾ ਹੈਗਾ ਠੀਕ ਆ ਗਾਹਾਂ ਨੂੰ ਇਹ ਥੋੜਾ ਜਿਹਾ ਕੰਟਰੋਲ ਹੁੰਦਾ ਇਹ ਕਰੋਨੇ ਵਾਲਾ ਤਾਂ ਗਾਹਾਂ ਅਗਲਾ ਜਿਹੜਾ ਸਟੈਪ ਹੈ ਕੋਈ ਭਾਵੇਂ ਪਾਰਲੀਮੈਂਟ ਵਾਲੇ ਕੋਚ ਵਾਲਾ ਹੋਵੇ ਭਾਵੇਂ ਪਾਰਲੀ ਜੀ ਕੇਐਮਪੀ ਜਾਮ ਕਰਨ ਵਾਲਾ ਹੋਵੇ ਭਾਵੇਂ ਕੋਈ ਹੋਰ ਰੋਡ ਜਾਮ ਕਰਨ ਵਾਲਾ ਹੋਵੇ ਉਹ ਐਕਸ਼ਨ ਆਉਣਗੇ ਉਹਨਾਂ ਲਈ